बिस्मिल्लाहिर्रहमानिर्रहीम अस्सलाम वालेकुम दोस्तों, मैं हाँ तुहाडा होस्ट मुस्तफा जोईया, तुसी वेख रहे हो पीके पंजाब। दोस्तों साढ़े इस चैनल के मौजू के हवाले नाल साड़ी आज दी ये पहली वीडियो तहसील आरवाला ते जिला पाकपतन दा एक खूबसूरत पिंड चक 129 ईबी दे बारे च, जिहड़ा कि थाना अहमदयार दे बिल्कुल ही करीब है। थाना अहमदयार खत्म होंदिया ही चक 129 ईबी शुरू हो जाता है, बल्कि आप कह सकते हैं कि थाना अहमदयार का एक ये हिस्सा है या चक 129 ईबी का थाना अहमदयार हिस्सा है। तो असं इस वक्त मौजूद हाँ चक नंबर 129 ईबी दे विच एक मुअज्जज़ शख्सियत दे कोल, उन्हां दे कोलों असीं इस पिंड दे बारे पुछने हैं जी। सब तो पहले तो तुसीं अपना तारफ करा दिओ। चौधरी उमर यात नाम है, इत्थे न्याजी मैनूं प्यार नाल कहिंदे जी। जी जिम्मेदारा करदे हां असीं। अच्छा, तुसीं चक नंबर 129 ईबी दे विच रहिंदे, सानूं सब तो पहले तो तुसीं अपने पिंड दे बारे दसो ना कि यह पिंड कदों तो बाद होया सी। यह पिंड माशाअल्लाह जी 1926 सानूं फौजी रकबे मिले सन साडे परदादा जी होरां नूं। जी जी। उस तो बाद फिर तकरीबन सारे सन 1929 च इत्थे आ गए ने जी। ये 42 मरबिया का पिंड है जी। सही। तो साडे मजदूरों 1.5 मरबा मिलिया सी, जिहड़े अफसर सन उन्होंने 1.5 मरबा मिलिया, जिहड़े थोड़े जे थले सन उन्होंने मरबा मरबा मिलिया। ਜਿਹੜੇ ਇਸ ਪਿੰਡ ਦੇ ਵਾਮ ਹੈ ਉਹ ਇੰਡੀਆ 'ਚ ਉੱਠ ਕੇ ਆਏ ਨੇ ਜੇ ਅਗਲੇ ਬਸਿੰਦੇ ਜਿਹਨਾਂ ਨੂੰ ਕਹਿੰਦੇ? ਨਹੀਂ ਜੀ ਨਹੀਂ, ਇਹ ਰਾਵਲ ਪਿੰਡੀ ਸਾਰੇ ਜ਼ਿਲ੍ਹਾ ਰਾਵਲ ਪਿੰਡੀ ਦੇ ਨੇ। ਤੁਹਾਡੇ ਕੋਲ ਅਸੀਂ ਬੈਠੇ ਹਾਂ ਅਤੇ ਪਿੱਛੇ ਕੱਪ ਛੱਪ ਬੜੇ ਲੱਗੇ ਹੋਏ ਨੇ। ਇਹ ਸਾਡਾ ਜ਼ਿੰਮੇਦਾਰ ਹਾਂ ਜੀ, ਸਾਡਾ ਸ਼ੌਕ ਹੈ ਜੀ, ਬੈਲ ਭਜਾਉਂਦੇ ਹਾਂ ਅਸੀਂ ਜੀ। ਮੈਂ ਇੱਥੇ ਵੀ ਚੀਚਾ ਵਤਨੀ, ਫੈਸਲਾਬਾਦ, ਡਾਰਾਂ ਵਾਲੇ, ਰਾਵਲ ਪਿੰਡੀ ਤੱਕ ਬੈਲ ਭਜਾਏ ਨੇ ਜੀ। ਉੱਥੋਂ ਫਿਰ ਇਨਾਮ ਮਿਲਦੇ ਨੇ। ਇੱਥੇ ਅੱਛੇ ਲੋਕ ਨੇ ਜੀ, ਔਰ ਸ਼ਰੀਫ ਲੋਕ ਨੇ ਜੀ, ਔਰ ਪੜ੍ਹੇ ਲਿਖੇ ਲੋਕ ਨੇ। ਸਾਰੇ ਫੌਜੀ ਜਿੰਨੇ ਵੀ ਨੇ ਸਭ ਪੜ੍ਹੇ ਲਿਖੇ ਨੇ ਜਨਾਬ, ਗ੍ਰੈਜੂਏਟ ਨੇ ਜੀ, ਤੇ ਅਫਸਰ ਵੀ ਨੇ, ਔਰ ਸਪੋਰਟਸ ਜਿੰਨੇ ਵੀ ਨੇ ਉਹ ਮਾਸ਼ਾਅੱਲਾ। ਸਾਡੇ ਕਜ਼ਨ ਹੈ ਮੇਰਾ, ਅੱਲਾਹ ਨੂੰ ਜੰਨਤ ਨਸੀਬ ਕਰੇ, ਬਾਬਰ ਭੱਟ ਫੌਤ ਹੋ ਗਿਆ, ਪਾਕਿਸਤਾਨ ਟੀਮ ਦਾ ਕਪਤਾਨ ਸੀ ਜੀ, ਔਰ 10-12 ਮੁਲਕਾਂ 'ਚ ਖੇਡ ਕੇ ਆਏ ਸਨ ਬਾਹਰ ਫੁੱਟਬਾਲ। ਸੋਲੰਗ ਨਾਲੀਆਂ ਲਵਾਈਆਂ ਸਨ, ਬਿਜਲੀ ਆਈ ਸੀ ਉਸ ਵੇਲੇ ਦਾ, ਸੇਵਰੇਜ ਸਿਸਟਮ ਸਾਡਾ ਅਜੇ ਤੱਕ ਚਾਲੂ ਹੈ, ਕੋਈ ਕਿਸੇ ਕਿਸਮ ਦੀ ਖਰਾਬੀ ਨਹੀਂ ਪੈਦਾ ਹੋਈ। ਅਸੀਂ ਕੋਈ ਵੀ ਮਸਲਾ ਬਣੇ ਸਾਰੇ ਮੁਸ਼ਤਰਕਾ ਤੌਰ 'ਤੇ ਆਪਸ 'ਚ ਇੱਕ ਦੂਸਰੇ ਨੂੰ ਮਿਲ ਕੇ ਅਤੇ ਅਸੀਂ ਉਸੇ ਵੇਲੇ ਉਹ ਕੰਮ ਕਲੀਅਰ ਕਰ ਲੈਂਦੇ ਹਾਂ। ਸਾਡਾ ਪਿੰਡ ਮਾਸ਼ਾਅੱਲਾ ਇਹਦੇ ਵਿੱਚ ਥਾਣਾ ਅਹਿਮਦਯਾਰ ਹੈ ਜੀ, ਅੱਡਾ ਥਾਣਾ ਅਹਿਮਦਯਾਰ ਸਾਡੇ 129 ਚੱਕ ਦੇ ਵਿੱਚ ਹੈ ਜੀ। ਇਹਦੇ ਵਿੱਚ ਜਨਾਬ ਲਈ ਬੈਂਕ ਬਣਿਆ ਹੋਇਆ, ਪੂਰੇ ਹਰ ਸਮਝ ਲਓ ਕਿ ਦੁਨੀਆਂ ਦੀ ਸਹੂਲਤ ਮੌਜੂਦ, ਹਰ ਤਰ੍ਹਾਂ ਦੀ ਸਹੂਲਤ ਇਸ ਪਿੰਡ ਦੇ ਵਿੱਚ ਮੌਜੂਦ ਹੈ। ਬਾਕੀ ਗੋਦਾਮ ਨੇ ਸਾਡੇ ਪਿੰਡ ਵਿੱਚ, ਗੋਦਾਮ ਮਾਸ਼ਾਅੱਲਾ ਬਹੁਤ ਵੱਡਾ ਗੋਦਾਮ ਹੈ, ਪੂਰੇ ਪਾਕਿਸਤਾਨ ਦੇ ਵਿੱਚ ਸਾਡੀ ਗੰਦਮ ਜਾਂਦੀ ਹੈ। ਹਸਪਤਾਲ ਹੈ ਜੀ ਸਾਡਾ ਮਾਸ਼ਾਅੱਲਾ, ਸਾਡਾ ਬੱਚਿਆਂ ਦਾ ਸਕੂਲ ਹੈ ਜਨਾਬ ਇੱਥੇ। ਦੂਸਰਾ ਇਹ ਸਾਡੇ ਪਿੰਡ ਵਿੱਚ ਅੱਲਾ ਦਾ ਸ਼ੁਕਰ ਹੈ, ਬਹੁਤ ਇਤਫਾਕ ਹੈ ਜੀ, ਬੜੀ ਪਿਆਰ ਮੁਹੱਬਤ ਹੈ ਸਾਡਾ। ਸਾਰੇ ਸ਼ੌਕੀਨ ਹਜ਼ਰਾਤ ਨੇ, ਕੋਈ ਬੈਲਾਂ ਦੇ ਸ਼ੌਕੀਨ ਨੇ, ਕੋਈ ਕਬੱਡੀ ਦੇ ਸ਼ੌਕੀਨ ਨੇ, ਕੋਈ ਫੁੱਟਬਾਲ ਦੇ ਸ਼ੌਕੀਨ ਨੇ। ਬਾਕੀ ਸਾਡੇ ਪਿੰਡ ਵਿੱਚ ਮਾਸ਼ਾਅੱਲਾ ਜ਼ਿੰਮੇਦਾਰਾਂ ਬਹੁਤ ਅੱਛਾ ਚੱਲ ਰਿਹਾ ਜੀ। ਬਾਹਰ ਦੇ ਜ਼ਿੰਮੇਦਾਰ ਵੀ, ਇੱਥੋਂ ਦੇ ਵੀ ਜ਼ਿੰਮੇਦਾਰ ਨੇ, ਆਲੂ ਕਾਸ਼ਤ ਕਰਦੇ ਨੇ, ਸਬਜ਼ੀਆਂ ਕਾਸ਼ਤ ਕਰਦੇ ਨੇ, ਔਰ ਖਰਬੂਜ਼ਾ ਕਾਸ਼ਤ ਕਰਦੇ ਨੇ। ਹਰ ਫਸਲ ਆਉਂਦੀ ਹੈ, ਗੰਦਮ, ਕਪਾਸ, ਮਕਈ, ਔਰ ਸਾਡਾ ਇਹ ਇਲਾਕਾ ਜਿਹੜਾ ਹੈ ਇਹ ਨੀਲੀ ਬਾਰ 'ਚ ਆਉਂਦਾ ਹੈ। ਸਾਡੇ ਨੀਲੀ ਬਾਰ ਦੀ ਭੈਂਸ ਬੜੀ ਮਸ਼ਹੂਰ ਹੈ ਇੱਥੇ। ਸਾਡਾ ਜ਼ਿਲ੍ਹਾ ਪਹਿਲੇ ਸਹੀਵਾਲ ਸੀ, ਹੁਣ ਜ਼ਿਲ੍ਹਾ ਪਾਕਪਤਨ ਹੋ ਗਿਆ, ਅਤੇ ਜ਼ਿਲ੍ਹਾ ਸਹੀਵਾਲ ਹੁਣ ਡਿਵੀਜ਼ਨ ਬਣ ਗਿਆ, ਅਤੇ ਸਾਡੇ ਕੋਲ ਸਹੀਵਾਲ ਨਸਲ ਦੀ ਇੱਥੇ ਪੂਰੇ ਪਾਕਿਸਤਾਨ ਦੇ ਵਿੱਚ ਇਹੋ ਜਿਹੀ ਗਾਏ ਨਹੀਂ ਕਿਸੇ ਕੋਲ। ਸਾਡਾ ਹੈਦਰੀ ਫਾਰਮ ਹੈ ਜਨਾਬ, ਮਲਕ ਤੈਮੂਰ ਹੈ ਜੀ ਜੀ, ਉਹ ਉਹਨਾਂ ਨੇ ਬਣਾਇਆ ਆ, ਅਤੇ ਬਹੁਤ ਹਾਈ ਲੈਵਲ ਦੀਆਂ ਗਾਵਾਂ ਨੇ ਉਹਨਾਂ ਦੀਆਂ, ਬਾਹਰ ਦੂਸਰੇ ਮੁਲਕਾਂ 'ਚ ਗਾਇਆ ਜਾਂਦੀਆਂ ਨੇ। ਹਾਂਜੀ, ਬਹੁਤ ਦੁੱਧ ਵਾਲੀਆਂ ਗਾਵਾਂ ਨੇ। ਮੱਝਾਂ ਦਾ ਤਾਂ ਫਿਰ ਤੁਹਾਨੂੰ ਪਤਾ ਇਹ ਘਰ ਹੈ, ਨੀਲੀ ਬਾਰ ਹੈ। ਬਿਲਕੁਲ ਜੀ ਜੀ, ਠੀਕ ਹੋ ਗਿਆ ਜੀ, ਮਿਹਰਬਾਨੀ ਜਨਾਬ। ਠੀਕ ਹੈ ਜਨਾਬ। ਅੱਛਾ, ਚੱਕ ਨੰਬਰ 129 ਈਬੀ ਦੇ ਵਿੱਚ ਬਾਬਰ ਮਹਿਮੂਦ ਭੱਟ ਉਹਨਾਂ ਦੇ ਬਾਈ ਸਾਡੇ ਕੋਲ ਮੌਜੂਦ ਨੇ, ਅਤੇ ਅਸੀਂ ਇਹਨਾਂ ਦੇ ਬਾਈ ਕੋਲੋਂ ਪੁੱਛਦੇ ਹਾਂ ਬਾਬਰ ਭੱਟ ਮਹਿਮੂਦ ਦੇ ਬਾਰੇ 'ਚ, ਜਿਹੜੇ ਕਿ ਇਸ ਵਕਤ ਇਸ ਦੁਨੀਆਂ ਦੇ ਵਿੱਚ ਮੌਜੂਦ ਨਹੀਂ ਨੇ, ਲੇਕਿਨ ਉਹ ਇੱਕ ਆਪਣਾ ਨਾਮ ਬਣਾ ਗਏ ਨੇ। ਇਹ ਫੁੱਟਬਾਲ ਟੀਮ ਦੇ ਕਪਤਾਨ ਸੀ, ਇਹਨਾਂ ਨੇ ਬੈਨ ਅਲ ਅਕਵਾਮੀ ਖੇਡਾਂ ਵੀ ਖੇਡੀਆਂ ਨੇ, ਮੁਲਕੋਂ ਬਾਹਰ ਜਾਂਦੇ ਰਹੇ ਨੇ ਖੇਡਣ, ਬੜੀਆਂ ਖੇਡਾਂ ਖੇਡੀਆਂ ਨੇ।
ਤੇ ਜਿਹੜੇ ਨਾਮਵਰ ਸ਼ਖਸੀਅਤ ਨੇ ਉਹਨਾਂ ਦੇ ਨਾਲ ਵੀ ਇਹਨਾਂ ਦੀਆਂ ਇੱਥੇ ਤਸਵੀਰਾਂ ਲੱਗੀਆਂ ਹੋਈਆਂ ਨੇ ਜਿਹੜੀਆਂ ਤੁਸੀਂ ਵੇਖ ਰਹੇ ਹੋ। ਇਹਨਾਂ ਦੇ ਬਾਈ ਨੇ ਜੀ, ਅਸਲਾਮ ਵਾਲੇਕੁਮ ਜੀ, ਮੇਰਾ ਨਾਂ ਜੀ ਆਸਿਫ ਮਹਿਮੂਦ ਤੇ ਪਿਆਰ ਨਾਲ ਸਾਰੇ ਬਾਹਰ ਬਿੱਲੂ ਬੱਟ ਕਹਿੰਦੇ ਆ, ਬਿੱਲੂ ਬੱਟ ਇਹਦੇ ਤੋਂ ਸਾਰੇ ਜਾਣਦੇ ਆ ਜੀ। ਤੇ ਮੈਂ ਖੁਦ ਵੀ ਫੁੱਟਬਾਲ ਨਾਲ ਬੜਾ ਮੁਨਸਲਿਕ ਰਿਹਾ ਜੀ, ਮੈਂ ਵੀ ਆਰਮੀ ਟੀਮ 'ਚ ਰਿਹਾ, ਪਾਕਿਸਤਾਨ ਟੀਮ 'ਚੋਂ ਵਾਪਸ ਆਇਆ, ਬਸ ਫਿਰ ਨੌਕਰੀ ਛੱਡ ਕੇ। ਇਹ ਭਾਈ ਵੀ ਆਰਮੀ ਟੀਮ ਸੀ ਜੀ, ਇਹ ਮਾਸ਼ਾਅੱਲਾ ਬਹੁਤ ਅੱਛੇ ਸਪੋਰਟਸਮੈਨ ਸੀ ਜੀ, ਇਹ ਪਾਕਿਸਤਾਨ ਲੈਵਲ 'ਤੇ ਖੇਡਿਆ ਜੀ, ਕਮ ਅਜ਼ ਕਮ ਮੇਰਾ ਖਿਆਲ ਆ ਕੋਈ 15 to 16 ਮੁਲਕਾਂ ਦੇ ਟੂਰ ਇਹਨਾਂ ਦੇ, ਮਾਸ਼ਾਅੱਲਾ ਇਹਨਾਂ ਕੋਲ ਮਾਸ਼ਾਅੱਲਾ ਜੀ 23 ਗੋਲਡ ਮੈਡਲ ਨੇ ਜੀ, ਔਰ ਆਰਮੀ ਟੀਮ ਦੇ ਵੀ ਕਪਤਾਨ ਰਹੇ ਨੇ, ਫਿਰ ਇੰਗਲੈਂਡ ਦੇ ਦੌਰੇ 'ਚ ਪਾਕਿਸਤਾਨ ਟੀਮ ਦੇ ਵੀ ਕਪਤਾਨ ਰਹੇ ਨੇ ਜੀ, ਅਤੇ ਬਸ ਫਿਰ ਅੱਲਾਹ ਨੂੰ ਪਿਆਰੇ ਹੋ ਗਏ ਆ, ਬਸ ਹੁਣ ਇਹਨਾਂ ਦੀ ਯਾਦਾਂ ਜੀ। ਅਤੇ ਹੁਣ 2 ਮਾਸ਼ਾਅੱਲਾ ਬੱਚੇ ਇਹਨਾਂ ਦੇ, ਅੱਲਾਹ ਨੂੰ ਜ਼ਿੰਦਗੀ ਦੇਵੇ ਸਲਾਮਤ ਰੱਖੇ ਜੀ। ਅਤੇ ਉਹ ਮਾਸ਼ਾਅੱਲਾ ਹੁਣ ਆਰਮੀ ਵਾਲੇ ਹਾਂ, ਹਾਲੇ ਕਿ ਪੈਨਸ਼ਨ ਆ ਗਏ ਸੀ, ਦੁਬਾਰਾ ਆਰਮੀ ਵਾਲਿਆਂ ਨੇ ਇਹਨਾਂ ਨੂੰ ਕੁਆਇਡਡ ਵਿੱਚ ਜੁਆਇਨ ਕਰ ਲਿਆ, ਹੁਣ ਦੋਨੋਂ ਬੱਚੇ ਇਹਨਾਂ ਦੇ ਆਰਮੀ 'ਚ ਪੜ੍ਹਦੇ ਪਏ ਆ। ਅੱਛਾ, ਉਹਨਾਂ ਦੇ ਬੱਚੇ ਆਰਮੀ 'ਚ ਪੜ੍ਹ ਰਹੇ? ਜੀ ਜੀ, ਉੱਥੇ ਪੜ੍ਹ ਰਹੇ ਕੈਡਟ ਸਕੂਲ ਦੇ ਵਿੱਚ। ਮਾਸ਼ਾਅੱਲਾ ਜੀ, ਠੀਕ ਹੋ ਗਿਆ ਜੀ, ਮਿਹਰਬਾਨੀ ਜਨਾਬ। ਹੈ ਜੀ, ਸਾਡੇ ਚੱਕ ਦੀ ਚੱਕ ਨੰਬਰ 129 ਦੀ ਮਸਜਿਦ ਆ ਜੀ ਮਾਸ਼ਾਅੱਲਾ। ਇਹ ਪਹਿਲੇ ਪੁਰਾਣੀ ਮਸਜਿਦ ਸੀ, ਉਹ ਸ਼ਹੀਦ ਕਰਕੇ ਅਤੇ ਇਹ ਹੁਣ ਨਵੀਂ ਬਣਾਈ ਆ, ਤਕਰੀਬਨ 5 ਸਾਲ ਹੋ ਗਏ ਜੀ ਇਹਨੂੰ ਕੌਮਾਂ ਪੇਸ਼। ਇਹ ਮਾਸ਼ਾਅੱਲਾ ਜੀ ਸਾਰੇ ਗਾਓਂ ਨੇ ਸਾਡੇ ਨੇ ਮਿਲ ਕੇ ਬਣਾਈ ਆ, ਅਤੇ ਬਹੁਤ ਖੂਬਸੂਰਤ ਮਸਜਿਦ ਬਣਾਈ ਹੈ ਜੀ, ਅਤੇ ਨਮਾਜ਼ੀ ਵੀ ਮਾਸ਼ਾਅੱਲਾ ਸਾਡੇ ਚੱਕ 'ਚ ਕਾਫੀ ਨਮਾਜ਼ੀ ਹੁੰਦੇ ਆ। ਮਾਸ਼ਾਅੱਲਾ ਜੀ, ਬੜੀ ਪਿਆਰੀ ਮਸਜਿਦ ਹੈ, ਈਦ ਨਮਾਜ਼ ਵੀ ਇੱਥੇ, ਈਦ ਨਮਾਜ਼ ਇੱਥੇ ਪੜ੍ਹੀ ਦੀ ਜੀ, ਬਿਲਕੁਲ ਬਹੁਤ ਵੱਡੀ ਮਸਜਿਦ ਹੈ, ਈਦ ਨਮਾਜ਼ ਇੱਥੇ। ਹਾਂਜੀ, 5 ਟਾਈਮ ਨਮਾਜ਼ ਹੁੰਦੀ ਜੀ ਮਾਸ਼ਾਅੱਲਾ ਇੱਥੇ। ਹੁਣ ਮਾਸ਼ਾਅੱਲਾ 12 ਰਬੀ ਅਵਲ ਦਾ ਵੀ ਅਸੀਂ ਟਾਈਮ ਲਿਆ, ਇਨਸ਼ਾਅੱਲਾ ਬੜੇ ਜ਼ੋਰੋ ਸ਼ੋਰ ਨਾਲ, ਇਨਸ਼ਾਅੱਲਾ ਅੱਲਾਹ ਦੇ ਹੁਕਮ ਨਾਲ ਅਸੀਂ ਰਿਕਾਰਡ ਬਣਾਉਣਾ ਜੀ। ਹੈ ਸਾਡਾ ਮਸਜਿਦ ਦੇ ਨਾਲ ਹੀ ਦਰਸ ਆ ਜੀ, ਮਸਜਿਦ ਤੋਂ ਲੈਦਾ ਆਹਤਾ ਹੈ, ਇਹ ਮਸਜਿਦ ਏਰੀਏ 'ਚ ਨਹੀਂ, ਇਹ ਦਰਸ ਬਣਾਇਆ ਅਸੀਂ, ਬੱਚੇ ਆ ਕੇ ਇੱਥੇ ਪੜ੍ਹਦੇ ਆ ਜੀ ਕੁਰਾਨ ਪਾਕ, ਸਾਡੇ ਮੌਲਵੀ ਸਾਹਿਬ ਮਾਂ ਮਸਜਿਦ ਜਿਹੜੇ ਨੇ ਉਹ ਬੱਚਿਆਂ ਨੂੰ ਵੀ ਪੜ੍ਹਾਉਂਦੇ ਨੇ, ਇੱਥੇ ਦਰਸ ਦਾ ਦਰਸ ਦਿੰਦੇ ਨੇ ਕੁਰਾਨ ਪਾਕ ਦਾ, ਮਾਸ਼ਾਅੱਲਾ ਹੈ ਜੀ। ਇੱਥੇ ਇੱਥੇ ਬੱਚੇ ਸਿਰਫ ਕੁਰਾਨ ਪਾਕ ਪੜ੍ਹਦੇ ਆ, ਇਹ ਜੀ ਸੁਬਹਾ ਫਸਟ ਟਾਈਮ ਬੱਚੇ ਪੜ੍ਹਦੇ ਨੇ ਜੀ, ਇੱਥੇ ਸੁਬਹਾ ਸਵੇਰੇ ਨਮਾਜ਼ ਤੋਂ ਬਾਅਦ, ਫਜਰ ਦੀ ਨਮਾਜ਼ ਤੋਂ ਬਾਅਦ ਬੱਚੇ ਆ ਜਾਂਦੇ ਨੇ ਜੀ, ਇੱਥੇ ਆ ਕੇ ਆਪਣਾ ਪੜ੍ਹਦੇ ਨੇ, ਸਬਕ ਪੜ੍ਹਦੇ ਨੇ, ਚੱਕਦੇ ਬੱਚੇ ਜਿੰਨੇ ਵੀ ਆ। ਇੱਥੇ ਤੁਸੀਂ ਕੋਈ ਕਾਰੀ ਸਾਹਿਬ ਰੱਖੇ ਹੋਏ ਨੇ? ਜੀ, ਕਾਰੀ ਸਾਹਿਬ ਰੱਖੇ ਨੇ ਜੀ, ਹਾਂ ਕਾਰੀ ਸਾਹਿਬ ਨੇ, ਸਾਡੇ ਮਾਮ ਬਸਜਿਦ ਦੀ ਕਾਰੀ ਸਾਹਿਬ ਨੇ ਜੀ, ਬਹੁਤ ਅੱਛੇ ਨੇ, ਉਹ ਹੀ ਮਾਸ਼ਾਅੱਲਾ ਇੱਥੇ ਪੜ੍ਹਾਉਂਦੇ ਜੀ ਬੱਚਿਆਂ ਨੂੰ ਕੁਰਾਨ ਪਾਕ, ਨਾਜ਼ਰਾ ਪੜ੍ਹਾਉਂਦੇ ਜੀ, ਸਿਰਫ ਇਫਤ ਨਹੀਂ ਕਰਦੇ। ਵੈਸੇ ਸਾਡੇ ਹੋਰ ਦਰਸ ਹੈਗਾ, ਉਹ ਪਰਾਂ ਕਲੋਨੀ 'ਚ ਬਣਿਆ, ਸਾਡੇ ਇੱਥੇ ਇਸ ਟਾਈਮ 3 ਦਰਸ ਨੇ ਜੀ ਸਾਡੇ ਚੱਕ ਦੇ ਵਿੱਚ, 2 ਦਰ, 1 ਦਰਸ ਬੱਚੀਆਂ ਦਾ ਜੀ ਉੱਥੇ ਇਫਤ ਕਰਦੀਆਂ, ਅਤੇ ਇੱਕ ਬੱਚਿਆਂ ਦਾ ਦਰਸ ਆ ਜਿੱਥੇ ਇਫਤ ਕਰਦੇ ਆ, ਇੱਥੇ ਸਿਰਫ ਨਾਜ਼ਰਾ ਪੜ੍ਹਾਉਂਦੇ ਆ ਜੀ। ਮੇਰਾ ਨਾਂ ਚੌਧਰੀ ਖਲਾਕ ਅਮਨ, 129 ਵਜੇ ਸਰਿਆਸ਼ੀ, ਕਸ਼ਮੀਰੀ ਬੱਟ ਸਾਡੀ ਕੌਮ ਆ ਜੀ, ਇੱਥੇ ਦੇ ਜ਼ਿੰਮੇਦਾਰ ਹਾਂ। ਸ਼ਾਮ ਨੂੰ ਸਾਡੇ ਪਿੰਡਾਂ 'ਚ ਆ ਕੇ ਘਰਾਂ ਦੇ ਵਿੱਚ ਆ ਕੇ ਖੜਕਾ ਖੜਕਾ ਦਰਵਾਜ਼ੇ ਅਗਲੇ ਸਾਡੇ ਕੋਲ ਆਪਣਾ ਖਾਣੇ ਪਾਣੀ ਜਿਹੜਾ ਵੀ ਆ ਲੈਂਦੇ ਆ, ਤਾਂ ਸਾਨੂੰ ਬੜਾ ਚੰਗਾ ਲੱਗਦਾ ਹੈ। ਅੱਛਾ, ਸਾਡਾ ਪਿੰਡ ਜੀ ਮਾਸ਼ਾਅੱਲਾ ਮਸਾਲੀ ਪਿੰਡ ਇਸ ਇਲਾਕੇ ਦਾ, ਅਤੇ ਇੱਥੇ ਇੱਕ ਵਾਹਿਦ ਐਸਾ ਪਿੰਡ ਆ ਕਿ ਜਿੱਥੇ ਹਰ ਚੀਜ਼ ਦੀ ਸਹੂਲਤ ਆ, ਇੱਕ ਅੱਡਾ ਵੀ ਸਾਡੇ ਕੋਲ ਆ, ਹਸਪਤਾਲ ਸਾਡੇ ਕੋਲ ਆ, ਮਹਿਕਮਾ ਖੁਰਾਕ ਗੰਦਮ ਦਾ ਸਾਡੇ ਕੋਲ ਸਿਸਟਮ ਆ, 127 ਸਕੂਲ ਸਾਡੇ ਕੋਲ ਆ, ਮਾਸ਼ਾਅੱਲਾ ਸੈਵਰੇਜ ਸਿਸਟਮ ਸਾਡੇ ਚੱਕ 'ਚ ਬਹੁਤ ਅੱਛਾ ਆ, ਅਤੇ ਲੋਕ ਬੜੇ ਪੜ੍ਹੇ ਲਿਖੇ ਮੁੰਡੇ ਆ, ਅਤੇ ਅੱਲਾਹ ਦਾ ਸ਼ੁਕਰ ਆ, ਬਹੁਤ ਅੱਛੀਆਂ ਸਹੂਲਤਾਂ ਸਾਨੂੰ ਇੱਥੇ, ਔਰ ਬਹੁਤ ਅੱਛੇ ਲੋਕ ਆ ਇੱਥੋਂ। ਹਾਂਜੀ ਹਾਂਜੀ, ਇਹ ਜਾਮਿਆ ਮਸਜਿਦ ਵਾਲਾ ਚੌਂਕ ਹੈ, ਅਤੇ ਇੱਥੇ ਕੁਝ ਚੰਦ ਦੋਸਤ ਸਾਡੇ ਖੜ੍ਹੇ ਨੇ, ਅਤੇ ਅਸੀਂ ਇਹਨਾਂ ਦੇ ਨਾਲ ਵੀ ਗੱਪ ਸ਼ੱਪ ਲਾ ਲਈਏ ਜੀ। ਭਾਈ ਜਾਨ, ਤੁਹਾਡਾ ਕੀ ਨਾਂ ਹੈ? ਖੁਰਮ ਮਹਿਮੂਦ ਜੀ। ਅੱਛਾ, ਤੁਸੀਂ ਕੀ ਕਰ ਰਹੇ ਜੀ? ਅਸੀਂ ਦੁਕਾਨਦਾਰੀ ਕਰ ਰਹੇ ਹਾਂ ਜੀ, ਬਾਕੀ ਸ਼ੌਂਕ ਆ ਜੀ ਫੁੱਟਬਾਲ ਦਾ, ਵਾਲੀਬਾਲ ਦਾ। ਅਸੀਂ ਆਏ ਜੀ 129 ਚੱਕ ਦੇ ਵਿੱਚ, ਅਤੇ ਨਾਲ ਇੱਕ ਸਾਨੂੰ ਦੋਸਤ ਮਿਲੇ ਨੇ 129 ਚੱਕ ਦੇ ਵਿੱਚੋਂ, ਇਹਨਾਂ ਦਾ ਅਸੀਂ ਪੁੱਛਦੇ ਹਾਂ ਜੀ ਤਾਰਫ। ਮੇਰਾ ਨਾਮ ਮੁਹੰਮਦ ਵਿਕਾਸ ਆ। ਵਿਕਾਸ ਭਾਈ, ਤੁਸੀਂ ਕੀ ਕਰਦੇ ਜੇ? ਬਸ ਆਪਣਾ ਕੰਮ ਕਾਜ ਕਰੀਦਾ ਆ, ਅਤੇ ਆਪਣੀ ਸਟੱਡੀ ਵੀ ਕੰਪਲੀਟ ਕੀਤੀ ਹੈ ਨਾ। ਉਸ ਤੋਂ ਬਾਅਦ ਮਾੜੇ ਮੋਟੇ ਸ਼ੌਂਕ ਆ, ਕਬੂਤਰਬਾਜ਼ੀ ਹੋ ਗਏ, ਸ਼ਿਕਾਰ ਦੇ ਲਾਜ਼ਾਂ। ਇਹ ਬੜੀ ਬਾਜ਼ੀਆਂ ਉੱਡੀ ਉਡਾਈ ਕਬੂਤਰੀ ਹੈ, ਇਲਾਕੇ 'ਚ ਨਹੀਂ ਆਉਣੇ। ਅੱਛਾ, ਇਹ ਉੱਤੇ ਜਿਹੜੇ ਤੁਸੀਂ ਰੱਖੇ ਨੇ ਸਾਰੇ ਉਡਾਈ ਵਾਸਤੇ ਰੱਖੇ? ਇਹ ਵੱਡਾ ਸਾਡਾ ਤੂਫਾਨ ਕਬੂਤਰ ਹੈ ਜੀ। ਇਹ ਕਿੰਨੀਆਂ ਰੇਸਾਂ ਆਪਣੇ ਦਾਨ ਦੇ ਜਿੱਤਿਆ ਜੀ? ਅਤੇ ਇਹ ਜਨਾਬ ਇੱਥੇ
चार जिले चैंपियन है, इहदा नाम है बल्ला शूटर। बल्ला शूटर, हाँ जी, ये चार जिले चैंपियन ने, चीचा वतनी दौड़ाया और बड़िया जगह से दौड़ाया, गाजियाबाद भी चक च उत्थे चैंपियन बनया। उस तो बाद इन्हू मैं रावल पिंडी लै गया, माशाल्लाह, हाँ जी, उत्थे इन्हीं दौड़ा कराइया ने, माशाल्लाह, उत्थों इन्हें मोटरसाइकिल इनाम लिया। ये जी माशाल्लाह साडा ग्राउंड आ चक नंबर 27 दा फुटबाल दा बेसिकली, ते साडे इस ग्राउंड ने बड़े बड़े आला प्लेयर पैदा किए हैं जी, जिहड़े पाकिस्तान लेवल ते खेडे आ, मतलब कि 10 to 12 प्लेयर ऐसे पैदा किए साडे इस ग्राउंड ने भी जिहड़े पाकिस्तान लेवल ते खेडे आ। इस टाइम भी साडे गाँव के 5 to 6 लड़के जिहड़े पाकिस्तान लेवल ते खेड रहे आ। इह साडा जी चक दा स्कूल आ, गर्ल स्कूल लड़कियां दा, माशाल्लाह ग्राउंड दे नाल ही मुनसलिक आ। ये मिडल स्कूल आ जी, इंग्लिश मीडियम प्रायमरी स्कूल साढ़े गाँव का, ये साढ़े गाँव दी सिर्फ बच्चियां पढ़दियां जी, ते जिहड़ा 12वीं तक स्कूल आ नाल ही 27 चक दे विच है। ये नाल ही मुनसलिक आ साडा गोदाम, जिथों पूरे पाकिस्तान साढ़े गंदम जाती आ, इत्थे बड़ी गुंजाइश है गंदम की, ते इस टाइम गंदम जिहड़ी जा रही आ इत्थों पाकिस्तान दे विच, जिथे जिथे जरूरत आ, मजदूर लगे आ जी, लोड हो रही गड्डियां, ऐ हुणे व्यू तुहाडे सामने आ रहा। हाँ जी, यह गोदाम आ गए जी साढ़े, इतने माशाला गंदम साढ़े जिले हम कणक आनी आ, गंदम सारी इतने गोरमेंट के खाते जमा हो जानी है, वो मुल लै लेंगे, फिर जिस जरूरत पेश आती है चले जाते हैं। साढ़े ये पिंड का गोदाम ही साढ़े पिंड पहले ग्राउंड, फिर स्कूल, फिर नाल ही गोदाम, तो गोदाम के नाल ही परली साइड से अस्पताल आ साढ़े चक का, माशाला बड़ी अच्छी रेपूटेशन आ। ये अज तो 2 साल पहले साढ़ा जोड़ा अस्पताल आ, वह पूरे पाकिस्तान चो 1 नंबर से आया सी डिलीवरी के, मतलब कि मुफ्त डिलीवरी साढ़े अस्पताल। हाँ जी, यह पिंड अस्पताल आ जी, माशाला MBBS डॉक्टर इतने बेंदे 24 घंटे मौजूद, और 24 घंटे इतने साढ़ा अस्पताल खुला रहा। साढ़े चक के है डॉक्टर आसम शरीफ साहब, माशाला बड़े अच्छे आदमी ने, वो बहुत मतलब कि अच्छी अपनी जान ने ड्यूटी निभा रहे हैं। वो गाँव के ही होंगे, जिस वे जरूरत पैंती अपनी ड्यूटी ताफ होंगे तो फिर भी अस्पताल ही होंगे। तो बाकी जो MBBS डॉक्टर साहब ने मुल्तान तो आए ने, भी माशाला बड़े अच्छे ने, साडा मसाली पिंड है जी। दोस्तों तुसी वेख रहे हो साडा यूट्यूब चैनल PK पंजाब। दोस्तों साडी इस चैनल ते ये पहली वीडियो है, उम्मीद करना कि तुहानू ये वीडियो पहली करके पसंद आएगी। सानू पता है कि साडी इस पहली वीडियो दे विच साडियां बड़ियां गलतियां होणगियां, जिहड़ियां तुसी कमेंट्स करके सानू दसनियां ने, ताकि असी आने वाले वक्त दे विच, आने वाले जिहड़ियां वीडियो होणगियां उन्हां दे विच, उन्हां गलतियां तों असी बच सकीए। साढ़े पंजाब दे विच जितने भी साढ़े सोहने पिंड ने, जितने भी वड्डे पिंड ने, साड़ी ये कोशिश है कि उन्हां दा रिव्यू, उन्हां दा मुकम्मल व्यू असी अपने चैनल ते पाईए, ताकि जिहड़े इन्हां पिंडां दे विच कदे जिंदगी च वस के गए ने, या जिहड़े मुल्कों बाहर रहिंदे ने, वह अपने पिंड तसल्ली नाल वेख सकन। अज तो 15-20 साल पहले चले जाइए तो सानूं वह नक्शा हुण किधरे भी नहीं लगता, क्योंकि उस वक्त कैमरे का दौर ही नहीं सी। हुण इस वक्त कैमरे का दौर है, तो साडी ख्वाहिश है, साडा दिल है कि असी इस पिंडां नूं, इन्हां पिंडां नूं असी हुण महफूज कर लईए, ताकि आने वाले वक्त दे विच जदों ये तरक्की का दौर, हर रोज़ तरक्की हो रही है, दिन ब दिन तरक्की हो रही है, तो आने वाले वक्त दे विच पता नहीं किस तरह का व्यू होगा इन्हां साडे पिंडां दा। दोस्तों जिहड़े भरावां ने साडा चैनल हले तक सबसक्राइब नहीं किया, वह इनू सबसक्राइब लाजमी कर लो, घंटी के निशान ते क्लिक करके आल नोटिफिकेशन ऑन कर लो, ताकि साडी जिहड़ी भी वीडियो होगी वह तुहाडे तक पहुँच सके, तुसी साडे पंजाब दे पिंडां दे खूबसूरत नज़ारे वेख सको।
ਤੇ ਇਸ ਦੇ ਨਾਲ ਹੀ ਅਸੀਂ ਹੁਣ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਅੱਲਾ ਹਾਫਿਜ਼। ਪਾਕਿਸਤਾਨ ਜ਼ਿੰਦਾਬਾਦ।